पलक वो आपके साथ जो अपने व्यूज शेयर करेंगे। نہیں آ کوئی کر دیا یا اللہ ہو جان بند ہوئے اور اکھیاں دے انجو درد دے جنا چ وقت دے نہیں نام لیوا جو میرے حضور دے نے سزا بار او دوزخ دی اگ دے نہیں تیرا تیرا سب ہی اکھن میں بھی آکھا تیرا انج دے آکھا گل نہیں بندی کدی تو بھی تے آکھ سکدے گا ہے کی قابل احترام مہمان گرامی شائقین اور میرے ہے کی پیارے فٹ بالر کھلاڑی اج میں تقریباً اس گراؤنڈ دے اندر 40 سال تو بعد ٹورنامنٹ دیکھیا ਮੈਨੂੰ ਆਪਣੀਆਂ ਪੁਰਾਣੀਆਂ ਯਾਦਾਂ ਅੱਜ ਤਾਜ਼ਾ ਹੋ ਗਿਆ ਇਹ ਉਹ ਗਰਾਊਂਡ ਆ ਜਿਹਨੇ ਪਾਕਿਸਤਾਨ ਦੇ ਵਿੱਚ ਟੌਪ ਦੇ ਖਿਲਾੜੀ ਪੈਦਾ ਕੀਤੇ ਔਰ ਕੌਮੀ ਟੀਮ ਦੇ ਵਿੱਚ ਖੇਲੇ ਮੈਂ ਵੀ ਤਕਰੀਬਨ ਕੋਈ 16-17 ਸਾਲ ਰੀਸੈਂਟ ਟੈਕਸਟਾਈਲ ਟੀਮ ਦੇ ਵਿੱਚ ਐਜ਼ ਏ ਇੱਕ ਮਾਮੂਲੀ ਜਿਹਾ ਖਿਲਾੜੀ ਖੇਡਦੇ ਨੇ ਲੇਕਿਨ ਕੁਛ ਦੁੱਖ ਵੀ ਹੋ ਰਿਹਾ ਇੱਕ ਤਾਂ ਸਭ ਤੋਂ ਪਹਿਲੇ ਮੈਂ ਦੋਨਾਂ ਟੀਮਾਂ ਨੂੰ ਮੁਬਾਰਕ ਦਿੰਦਾ ਬੜੀ ਦੇਰ ਤੋਂ ਬਾਅਦ ਮੈਚ ਮੈਂ ਦੇਖਿਆ ਕਿਉਂਕਿ ਮੈਂ ਮੈਚ ਬੜੇ ਘੱਟ ਦੇਖਦਾ ਇਸ ਵਾਸਤੇ ਜੀ ਕਿ ਮੇਰਾ ਸ਼ੌਕ ਨਹੀਂ ਸ਼ੌਕ ਮੇਰਾ ਅਜੇ ਵੀ ਇਹੀ ਹੈ ਕਿ ਹੁਣ ਸਾਡੀ ਟੀਮ ਪੰਜਾਬ ਦੀ ਖੇਡਣ ਗਈ ਹੈ ਨੈਸ਼ਨਲ ਚੈਂਪੀਅਨਸ਼ਿਪ ਉਹਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਜਿਹੜੀ ਅਨਾਊਂਸਮੈਂਟ ਹੋ ਰਹੀ ਸੀ ਕਿ ਮੈਂ 20 ਸਾਲ ਪੰਜਾਬ ਦਾ ਸਿਲੈਕਟਰ ਰਿਹਾ ਔਰ ਅੱਲਾ ਦੇ ਹੁਕਮ ਨਾਲ ਜਦੋਂ ਮੈਂ ਸਿਲੈਕਟਰ ਸੀ ਫੈਸਲਾਬਾਦ ਦੇ ਅੰਡਰ ਫੁੱਟਬਾਲ ਇਹਦੀ ਨੈਸ਼ਨਲ ਚੈਂਪੀਅਨਸ਼ਿਪ ਆ ਇਹਨਾਂ ਦੀਆਂ ਲੀਗਾਂ ਔਰ ਤਕਰੀਬਨ ਮੈਂ ਅਗਰ 25-30 ਦੇ ਕਰੀਬ ਲੜਕੇ ਮੈਂ ਪਾਕਿਸਤਾਨ 'ਚ ਸਿਲੈਕਟ ਹੋਇਆ ਜਿਹਦੇ ਵਿੱਚ ਥੋੜ੍ਹੀ ਦੇਰ ਪਹਿਲੇ ਅਨਾਊਂਸਮੈਂਟ ਹੋ ਰਹੀ ਸੀ ਆ ਟਰਫਰਦਾਰ ਜ਼ਫਰ ਦੀ ਇਹ ਵੀ ਇੱਕ ਟੋਬੇ ਦਾ ਸਾਡਾ ਖਿਲਾੜੀ ਸੀ ਇਹ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਜੀ ਅਵਾਨ ਸਾਹਿਬ ਮੈਂ ਵੀ ਖੇਡਣਾ ਚਾਹੁੰਦਾ ਮੈਂ ਕਿਹਾ ਯਾਰ ਇੱਕ ਉਸਤਾਦ ਬਣੇ ਆ ਉੱਥੇ ਤੇ ਟੋਬੇ ਦੇ ਅਤੇ ਭਰਾ ਬਣੇ ਦੀ ਗੱਲ ਮੰਨ ਤਾਂ ਫਿਰ ਸ਼ਾਇਦ ਤੇਰਾ ਕੰਮ ਬਣ ਜਾ ਇਹਨੇ ਕਿਹਾ ਜੀ ਨਹੀਂ ਮੈਂ ਫੁੱਟਬਾਲ ਨਹੀਂ ਖੇਡਦਾ ਉਹ ਫਕੀਰ ਆ ਉਸਤਾਦ ਅਤੇ ਫਲਾਨੇ ਉਸਤਾਦ ਸਾਡੇ ਛੱਡ ਤੇ ਲੇਕਿਨ ਅੱਲਾ ਨੇ ਕਰਨਵਾਜ਼ੀ ਕੀਤੀ ਕ੍ਰਿਸ਼ਨ ਟੈਕਸਟਾਈਲ ਮਿਲ ਦੇ ਵਿੱਚ ਇਸ ਬੱਚੇ ਨੂੰ ਅਸੀਂ ਵਜ਼ੀਫੇ 'ਤੇ ਰੱਖਿਆ ਪਹਿਲਾ ਹੀ ਕੈਂਪ ਲੱਗਾ ਉਹਦੇ ਵਿੱਚ ਸਿਲੈਕਸ਼ਨ ਹੋਈ ਔਰ ਉਹਨਾਂ ਦੇ ਹੁਕਮ ਨਾਲ ਇਹ ਟੀਮ ਦੇ ਵਿੱਚ ਪਲੇਇੰਗ ਮੈਂਬਰ ਬਣਿਆ ਪਾਕਿਸਤਾਨ ਦਾ ਮੇਰਾ ਖਿਆਲ ਆ ਕਿ ਬਾਬਾ ਦੀ ਟੀਮ ਖੇਡ ਰਹੀ ਸੀ ਦੋਸਤ ਬੜੇ ਅੱਛੇ ਪਿਆਰੇ ਮੈਂ ਹਮੇਸ਼ਾ ਪਿਆਰ ਕੀਤਾ ਤੁਹਾਡੇ ਇੱਕ ਅੱਜ ਕੱਲ੍ਹ ਬੜੇ ਮਸ਼ਹੂਰ ਨੇ ਕੋਚ ਵੀ ਨੇ ਜਿਹਦਾ ਨਾਮ ਤਨਵੀਰ ਸਾਹਿਬ ਆ ਸਾਹਿਬ ਮੈਂ ਉਹਨਾਂ ਨੂੰ ਇਸ ਵਾਸਤੇ ਕਹਿੰਦਾ ਫਰਾਮੋਸ਼ ਹੋ ਗਿਆ ਥੋੜ੍ਹਾ ਜਿਹਾ ਜਿਹਦਾ ਨਾਮ ਲੈਣ ਗਿਓ ਮੈਂ ਉਹਨੂੰ ਹੀ ਸਿਲੈਕਟ ਕਰਾਇਆ ਇੱਕ ਜ਼ਾਹਰ ਜੜ੍ਹਾਂ ਵਾਲੇ ਦਾ ਕਿਸੇ ਇੱਕ ਮਜੀਦ ਸਾਰੀ ਉਮਰ ਨਹੀਂ ਆ ਸਕਦਾ ਛੋਟਾ ਜਿਹਾ ਮੁਸਲਿਮ ਸਕੂਲ 'ਚੋਂ ਲਿਆਏ ਆ ਕ੍ਰਿਸ਼ਨ ਮਿਲ ਦੇ ਵਿੱਚ ਹੀ ਉਹ ਵੀ ਪੱਕ ਸਕਦਾ ਆ ਪੱਪੂ ਸਾਡਾ ਫਿਰ ਆ 25-30 ਲੜਕਿਆਂ ਨੂੰ ਜਦੋਂ ਮੈਂ ਕਰਵਾਇਆ ਤਾਂ ਮੈਂ ਉਹਨਾਂ ਦੀਆਂ ਫਿਰ ਨੌਕਰੀਆਂ ਵੀ ਉਹਨਾਂ ਨੂੰ ਕਰਵਾਈਆਂ ਕੋਈ PAE 'ਚ ਜਾ ਰਿਹਾ ਕੋਈ ਵਾਹਗਾ ਜਾ ਰਿਹਾ ਉਹ ਫੁੱਟਬਾਲ ਜਿੰਨਾ ਵੀ ਸੀ ਅਸੀਂ ਅੰਡਰ 22 ਵੀ ਚੈਂਪੀਅਨ ਸੀ ਜਦੋਂ ਮੈਂ ਪ੍ਰੈਜੀਡੈਂਟ ਸੀ ਸਿਲੈਕਸ਼ਨ ਕਮੇਟੀ ਦਾ ਅੰਡਰ 18 ਵੀ ਔਰ ਅੰਡਰ 14 ਵੀ ਹਰ ਟੀਮ ਸਾਡੀ ਚੈਂਪੀਅਨ ਹੋਈ ਫੈਸਲਾਬਾਦ ਵਿੱਚ ਫੁੱਟਬਾਲ ਨੈਸ਼ਨਲ ਚੈਂਪੀਅਨਸ਼ਿਪ ਆ ਫੈਸਲਾਬਾਦ ਦੇ ਅੰਦਰ ਆਲ ਪਾਕਿਸਤਾਨ ਟੂਰਨਾਮੈਂਟ ਬਗੈਰ ਫੰਡ ਤੋਂ ਬਗੈਰ ਕਿਸੇ ਤੋਂ
ਇੱਥੇ ਹਮੇਸ਼ਾ ਟੂਰਨਾਮੈਂਟਾਂ ਦੀ ਮੈਂ ਬਹਾਲ ਲਾਈ ਸੀ। ਲੀਗਾਂ ਸੀ 41 ਚੱਕ, ਉਹਦੇ ਵਿੱਚ ਮੈਂ ਪਹਿਲੀ ਦਫ਼ਾ ਪੂਰੇ ਪਾਕਿਸਤਾਨ ਦੀਆਂ ਟੀਮਾਂ ਉੱਥੇ ਲੈ ਕੇ ਆਇਆ। ਲੇਕਿਨ ਉਹ ਵੀ ਲੋਕ ਕੋਈ ਇੱਕ ਟੁੱਟਾ ਸੋਫਾ ਲਾਣਾ ਕੌਣ ਆ, ਉਹਨੂੰ ਮੈਂ ਇੱਕ ਟੀਮ ਦਾ ਮੈਨੇਜਰ ਬਣਾ ਤਾ, ਉਹ ਵੀ ਮੁਨਾਫੀ ਨੇ ਸ਼ਹਿਰੀ। ਫਿਰ ਮੈਂ ਉੱਧਰ ਹੀ ਜਾਣਾ ਚਾਹੁੰਦਾ, ਸਾਰੇ ਮੁਹੰਮਦ ਅਜਾਜ ਨੇ ਫੁੱਟਬਾਲ ਨੂੰ ਤਬਾਹ ਕੀਤਾ, ਸਾਡੀ ਡਿਸਟ੍ਰਿਕਟ ਬਾਡੀ ਨੂੰ ਦੋ ਟਨੋਰ ਦਿੱਤੇ ਅਸੀਂ, ਉਹਨਾਂ ਦਾ ਘੱਟਾ ਬੈਠਾ, ਉਹਨਾਂ ਨੇ ਫੁੱਟਬਾਲ ਤਬਾਹ ਕੀਤਾ। ਕੋਈ ਟੀਮ ਇਸ ਕਾਬਿਲ ਹੀ ਨਹੀਂ। ਮੇਰਾ ਖਿਆਲ ਆ ਮੈਂ ਤੁਹਾਡਾ ਇੱਕ ਘੰਟਾ ਸਵਾ ਘੰਟਾ ਡੇਢ ਘੰਟਾ ਦਾ ਮੈਚ ਹੋਇਆ, ਸਿਰਫ ਦੋ ਕਿੱਟਾਂ ਵੱਜੀਆਂ ਜਿਹਨੂੰ ਸ਼ੂਟ ਕਹਿੰਦੇ ਆ। ਇੱਕ ਸ਼ੂਟ ਦਾ ਗੋਲ ਹੋ ਗਿਆ, ਇੱਕ ਬੱਚੇ ਨੇ ਇੱਥੇ ਇੱਕ ਬਾਲ ਮਾਰਿਆ ਜਿਹੜਾ ਕਿ ਮੇਰਾ ਖਿਆਲ ਉਹ ਬੱਚੇ ਨੂੰ ਇੱਕ ਦਿਨ ਮੈਂ ਹੀ ਇੱਥੇ ਖੜੇ ਨੇ ਦੱਸਿਆ ਕਿ ਯਾਰ ਕਦੀ ਕਦੀ ਇੱਥੇ ਮੈਂ ਬਾਲ ਲੱਗ ਕੇ ਉਹਨੂੰ ਕਹਿ ਕੇ ਇਹਨੂੰ ਇੰਜ ਮਾਰੋ। ਉਹਨੂੰ ਅੱਜ ਬੜੀ ਖੁਸ਼ੀ ਹੋਈ ਕਿ ਉਹ ਬਾਲ ਦੇ ਪਿਛਲੇ ਪਹੁੰਚ ਜਾਂਦਾ ਤਾਂ ਨੈੱਟ ਸੀ, ਲੇਕਿਨ ਮੈਂ ਉਹਨੂੰ ਸ਼ਾਬਾਸ਼ ਦਿੱਤੀ ਆ ਕਿ ਉਹਨੇ ਬੱਚੇ ਨੇ ਉਹਨੂੰ ਉਹ ਜ਼ਿਹਨ 'ਚ ਰੱਖੀ। ਇਸੇ ਤਰੀਕੇ ਨਾਲ ਮੈਂ ਇਨਸ਼ਾਅੱਲਾ ਤਾਲਾ ਦੁਬਾਰਾ ਤੁਹਾਨੂੰ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਇਨਸ਼ਾਅੱਲਾ ਉਸੇ ਤਰੀਕੇ ਨਾਲ ਮੈਂ ਥੋੜ੍ਹਾ ਜਿਹਾ ਟਾਈਮ ਏਜ ਦੇ ਹਿਸਾਬ ਦੇ ਨਾਲ ਵੀ ਹੈ, ਲੇਕਿਨ ਹੁਣ ਮੈਂ ਇਨਸ਼ਾਅੱਲਾ ਥੋੜ੍ਹਾ ਜਿਹਾ ਟਾਈਮ ਇੱਧਰ ਦੇਣ ਲੱਗਾ ਕਿ ਇਨਸ਼ਾਅੱਲਾ ਫੈਸਲਾਬਾਦ ਦਾ ਫੁੱਟਬਾਲ ਇਹਦੇ ਵਿੱਚ ਮੇਰੇ ਕੋਲ ਕਿਸੇ ਵੀ ਇਹ ਨਹੀਂ ਕਿ ਆਹ ਗਰੁੱਪ ਕਿਹੜਾ ਆ ਟੀਮ ਕਿਹਦੀ, ਨਹੀਂ। ਸਾਡੇ ਇਸ ਜਗ੍ਹਾ ਦੇ ਉੱਤੇ ਟ੍ਰਾਇਲ ਹੋਇਆ ਆ, ਤੁਹਾਡੀ ਸੀਨੀ ਕਲੱਬ ਦੇ ਸਾਡੇ ਮੇਰਾ ਬਹੁਤ ਹੀ ਪਿਆਰਾ ਦੋਸਤ ਸੀ ਤਾਹਰ ਸਾਹਿਬ, ਮੇਰੀ ਉਹ ਪ੍ਰੈਸ ਮੈਨੇਜਰ ਵਿੱਚ ਵੀ ਥੋੜ੍ਹਾ ਗਿਆ, ਉਹ ਸ਼ਾਹਰ ਸਾਹਿਬ ਅਤੇ ਚੀਮਾ ਸਾਹਿਬ ਕੋਈ ਕਹੇ ਖਿਲਾਓ ਕੋਈ ਕਹੇ ਨਹੀਂ ਖਿਲਾਓ, ਬੜਾ ਪਿਆਰ ਮੇਰਾ ਕੀਤਾ ਸੀ। ਉਹਦਾ ਬੱਚਾ ਇੱਥੇ ਟ੍ਰਾਇਲ ਦੇਣ ਆਇਆ। ਤੁਹਾਨੂੰ ਮੈਂ ਇਸ ਵਾਸਤੇ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਕੋਈ ਗਰੁੱਪਬੰਦੀ ਨਹੀਂ, ਮੇਰੇ ਵਾਸਤੇ ਬਹੁਤ ਪਿਆਰੇ ਬੱਚੇ ਆ, ਜਿਹੜਾ ਮਰਜ਼ੀ ਫੈਸਲਾ ਪਾ ਕੇ ਬੱਚਾ ਹੋਵੇ। ਮੈਂ ਉਹਨੂੰ ਬਗੈਰ ਟ੍ਰਾਇਲਾਂ ਤੋਂ ਇੱਥੇ ਵੀ ਰੱਖਿਆ, ਲੇਕਿਨ ਮੈਂ ਪੰਜਾਬ ਦੇ ਵਿੱਚ ਗਿਆ ਤਾਂ ਮੈਂ ਉਹਨੂੰ ਬਾਕੀ ਪਲੇਅਰ ਜਿਹੜੇ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈ ਚੁੱਕੇ ਸੀ ਉਹ ਕੱਢ ਦਿੱਤੇ। ਉਹਦੇ ਵਿੱਚ ਕ੍ਰਿਸ਼ਨ ਮਿਲ ਦੇ ਵੀ ਪਲੇਅਰ ਸੀਗੇ ਦੋ, ਉਹ ਵੀ ਕੱਢ ਦਿੱਤੇ, ਲੇਕਿਨ ਉਹਨੂੰ ਨਹੀਂ ਕੱਢਣ ਦਿੱਤਾ। ਸਿਰਫ ਮੈਂ ਇਸ ਵਾਸਤੇ ਨਹੀਂ ਕੱਢਣ ਦਿੱਤਾ ਕਿ ਕਹਿਣਾ ਯਾਰ ਇਹ ਕੋਈ ਗਰੁੱਪਬੰਦੀ, ਮੇਰੀ ਗਰੁੱਪਬੰਦੀ ਕਿਸੇ ਦੋਸਤ ਨਾਲ ਨਹੀਂ, ਪੂਰੇ ਫੈਸਲਾਬਾਦ ਦੇ ਖਿਡਾਰੀ ਮੇਰੇ ਆਪਣੇ ਖਿਡਾਰੀ ਆ। ਇਨਸ਼ਾਅੱਲਾ ਤਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਫੁੱਟਬਾਲ ਉਸੇ ਤਰੀਕੇ ਨਾਲ ਇਨਸ਼ਾਅੱਲਾ ਤਾਲਾ ਚਲਾਵਾਂਗੇ ਔਰ ਨੈਸ਼ਨਲ ਚੈਂਪੀਅਨਸ਼ਿਪ ਵੀ ਹੋਣਗੀਆਂ। ਜਿਸ ਗਰਾਊਂਡ ਤੁਸੀਂ ਬੈਠੇ ਹੋਏ ਕਨੈਸ਼ਨਲ ਟੀਮ ਪੂਰੇ ਪਾਕਿਸਤਾਨ ਦੇ ਵਿੱਚ ਇੱਕ ਨਾਂ ਆ, ਦੋ ਦਫ਼ਾ ਦੀ ਚੈਂਪੀਅਨ ਆ ਟੀਮ ਨੈਸ਼ਨਲ ਚੈਂਪੀਅਨ। ਔਰ ਮੇਰੇ ਹੁਕਮ ਹੈ ਹੁਣ ਜਿੱਥੇ ਵੀ ਟੂਰਨਾਮੈਂਟ ਹੁੰਦਾ ਹਮੇਸ਼ਾ ਅਸੀਂ ਤਕਰੀਬਨ ਕੁਆਟਰ ਫਾਈਨਲ ਮੈਚ ਖੇਡਦੇ ਹਾਂ। ਔਰ ਪਿਛਲੇ ਟੋਕਨ ਸਪੇਸ ਸੀ ਉੱਧਰ ਵੀ ਇੱਕ ਗੋਲ 'ਤੇ ਟੀਮ ਸਾਡੀ ਉਹ ਫਾਈਨਲ ਦੇ ਵਿੱਚ, ਜੇ ਮੈਂ ਉੱਥੇ ਪਹੁੰਚ ਜਾਂਦਾ ਤਾਂ ਹੋ ਸਕਦਾ ਇਨਸ਼ਾਅੱਲਾ ਜਿੱਤੀ ਜਾਂਦੀ, ਲੇਕਿਨ ਇਨਸ਼ਾਅੱਲਾ ਫਿਰ ਕੋਟੇ ਚਲੇ ਗਿਆ, ਕੋਟੇ ਦੇ ਵਿੱਚ ਵੀ ਬਦਕਿਸਮਤੀ ਹੋਈ ਪਲੈਟੀਆਂ ਦੇ ਉੱਤੇ ਹਾਰ ਗਿਆ। ਇਨਸ਼ਾਅੱਲਾ ਹੁਣ ਅੱਗੇ ਜਾ ਰਹੇ ਨੇ, ਪੂਰੇ ਪਾਕਿਸਤਾਨ ਦੇ ਵਿੱਚ ਟੀਮ ਅਸੀਂ ਕੋਸ਼ਿਸ਼ ਕਰਦੇ ਹਾਂ ਔਰ ਸਾਡੇ ਪਲੇਅਰ ਕਦੀ ਬਾਡਾ ਲੈ ਜਾਂਦੀ ਆ, ਕਦੀ PIA ਲੈ ਜਾਂਦੀ, ਕਦੀ ਕੋਈ, ਲੇਕਿਨ ਸਾਡੀ ਟੀਮ ਫਿਰ ਉੱਥੇ ਦੀ ਉੱਥੇ ਹੀ। ਮੈਂ ਨਾ ਬੱਚਿਆਂ ਦਾ ਦੇਖ ਕੇ ਬੜੀ ਮੈਨੂੰ ਖੁਸ਼ੀ ਹੁੰਦੀ ਆ ਕਿ ਮਾਸ਼ਾਅੱਲਾ ਪਿੰਡ 'ਚੋਂ ਅਸੀਂ ਲਿਆਉਂਦੇ ਹਾਂ, ਟ੍ਰੇਨਿੰਗ ਦਿੰਦੇ ਹਾਂ ਔਰ ਅਲੱਗ ਉਹਨਾਂ ਨੂੰ ਰੋਜ਼ਗਾਰ। ਔਰ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਉਹਨਾਂ ਨੂੰ ਅਗਰ ਅੱਛੀ ਨੌਕਰੀ ਜਿੱਥੋਂ ਤੱਕ ਹੋ ਸਕੇ 9 ਖਿਡਾਰੀ ਐਤਕੀ ਵੀ ਪੰਜਾਬ ਦੇ ਸਿਲੈਕਟ ਸੀ ਅਲੱਗ ਹੁਕਮ, ਔਰ ਇੱਦਾਂ ਵੀ ਇਨਸ਼ਾਅੱਲਾ ਤੁਸੀਂ ਮਿਹਨਤ ਕਰੋ, ਇਨਸ਼ਾਅੱਲਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹਦਾ ਅਜਰ ਵੀ ਮਿਲੇਗਾ। ਇਨਸ਼ਾਅੱਲਾ ਤਾਲਾ ਕੋਸ਼ਿਸ਼ ਹੋਏਗੀ ਤੁਹਾਨੂੰ ਪੰਜਾਬ ਔਰ ਪਾਕਿਸਤਾਨ ਦੇ ਵਿੱਚ ਸਿਲੈਕਟ ਕਰਾਇਆ ਜਾਵੇ ਇਨਸ਼ਾਅੱਲਾ। ਕਦੀ ਖੁਸ਼ ਰਹੋ ਅਤੇ ਆਬਾਦ ਰਹੋ, ਜਿੱਤਣਾ ਬਹੁਤ ਬਹੁਤ ਮੁਬਾਰਕਾਂ ਜਿਹੜੇ ਉਹ ਉਹਨਾਂ ਨੂੰ ਮੈਂ ਹਰੇ ਨਹੀਂ ਸਮਝਦਾ, ਉਹ ਵੀ ਜਿੱਤੇ ਨੇ, ਬਹੁਤ ਅੱਛੇ ਬੱਚੇ, ਕਿਆ ਬਾਤ ਯਾਰ, ਤਾੜੀਆਂ ਹੋਣੀ ਚਾਹੀਦੀ ਇੱਕ ਵਾਰੀ ਯਾਰ, ਖੁੱਲ੍ਹ ਕੇ ਤਾੜੀ ਮਾਰ ਲੈਣਾ ਨਾ ਜੀ।